ਅੰਕਲ ਜੀ ਆਇਓ ਜੀ ਆਇਓ ਆਇਓ ਅੰਕਲ ਜੀ ਆਇਓ ਆ ਦੇਖੋ ਜੀ ਪੁਲਿਸ ਦਾ ਬੁਰਾ ਹਾਲ ਆਇਓ ਜੀ ਆਇਓ ਜੀ ਸਿਸਟਮ ਦਾ ਹਾਲ ਦੇਖੋ ਲੰਗਰ ਖਾਣ ਨੂੰ ਰੁਕਾ ਵੀ ਲੰਗਰ ਨਾ ਛਕਣ ਕਿ ਮੈਂ ਰੋਕ ਰਿਹਾ ਮੂਰੇ ਹੋ ਆਏ ਐਸ ਆਈ ਸਰ ਦੀ ਵੀਡੀਓ ਬਣਾ ਲਾ ਮਨਜੀਤ ਇਹ ਰੋਕ ਰਿਹਾ ਮੂਰੇ ਹੋ ਆਇਓ ਅੰਕਲ ਜੀ ਆਇਓ ਆ ਜਾਓ ਜੀ ਆ ਜਾਓ ਤੁਸੀਂ ਲੰਗਰ ਛਕੋ ਕੋਈ ਡਰੋ ਨਾ ਆ ਜਾਓ ਅੰਕਲ ਜੀ ਕੋਈ ਨਾ ਅਸੀਂ ਕੱਢੀ ਤੁਸੀਂ ਛਕੋ ਆਇਓ ਅੰਕਲ ਜੀ ਆ ਜਾਓ ਕੋਈ ਗੱਲ ਨਹੀਂ ਬੀਬੀ ਜੀ ਉਧਰ ਮੈਂ ਬੇਨਤੀ ਕਰ ਰਿਹਾ ਅਸੀਂ ਨੀ ਬੇਨਤੀ ਕਰ ਰਹੇ ਅਸੀਂ ਅਫਸਰ ਨਾਲ ਗੱਲ ਕਰ ਲਓ ਅਸੀਂ ਮੈਂ ਦੇ ਤਾਂ ਦਿੱਤਾ ਜੀ ਨੰਬਰ ਇੰਨੇ ਕਰਾਇਆ ਮੈਂ ਲਾ ਲਿਆ ਦਫ਼ਤਰ ਸਰ ਅਸੀਂ ਲੰਗਰ ਛੱਡ ਕੇ ਥੋੜੀ ਜਾਵਾਂਗੇ ਦਫ਼ਤਰ ਕਮਾਲ ਹੋ ਗਈ ਨਹੀਂ ਅਸੀਂ ਤਾਂ ਉਰੇ ਖੜਾਂਗੇ ਉਰੇ ਲੰਗਰ ਚੱਲ ਰਿਹਾ ਜਿਹਨੂੰ ਪ੍ਰੋਬਲਮ ਆ ਕੇ ਸਾਨੂੰ ਮਿਲਵੇ ਗੱਲ ਖਤਮ ਅਸੀਂ ਕਿਹੜਾ ਕੋਈ ਜਿੱਦ ਕਰ ਰਹੇ ਹਾਂ ਅਸੀਂ ਸਾਈਡ ਤੇ ਖੜਿਆ ਕੋਈ ਟ੍ਰੈਫਿਕ ਜਾਮ ਆ ਲੰਗਰ ਦੀ ਦਿੱਕਤ ਇੱਕ ਦਿੱਕਤ ਦਾ ਦੱਸੋ ਸਰ ਦਿੱਕਤ ਦਿੱਕਤ ਆ ਜੀ ਆ ਕੇ ਮਿਲੂਗਾ ਗੱਲ ਖਤਮ ਇਹਦਾ ਕਿਹੜਾ ਅੱਜ ਦਾ ਚੱਲ ਰਿਹਾ ਸਰ ਤਿੰਨ ਸਾਲਾਂ ਤੋਂ ਚੱਲ ਰਿਹਾ ਅਸੀਂ ਬੇਨਤੀ ਕਰ ਰਹੇ ਹਾਂ ਵੀਰ ਬਣ ਕੇ ਲੰਗਰ ਲਾਲੀ ਹੈ ਜੀ ਅਸੀਂ ਕੋਈ ਜਿੱਦ ਨਹੀਂ ਕਰ ਰਹੇ ਅਸੀਂ ਬੇਨਤੀ ਕਰ ਰਹੇ ਹਾਂ ਨਹੀਂ ਉੱਥੇ ਨਹੀਂ ਆਈ ਤੇ ਇੱਥੇ ਲਾਉਣਾ ਜੀ ਇੱਥੇ ਹੀ ਲੱਗਦਾ ਆ ਰਿਹਾ ਕਰੋਨਾ ਤੋਂ ਪਹਿਲਾਂ ਦਾ ਲੱਗਦਾ ਆ ਰਿਹਾ ਕੋਈ ਅੱਜ ਤਾਂ ਨਹੀਂ ਲੱਗਦਾ ਮੈਂ ਇੱਥੇ ਆਇਆ ਕਰੋਨਾ ਵੇਲੇ ਦਾ ਕੋਈ ਇੱਥੇ ਹਾਂਜੀ ਤੁਹਾਨੂੰ ਪਤਾ ਹੀ ਨਹੀਂ ਜੀ ਫਿਰ ਨਾਲ ਆ ਜਾਓ ਚੱਲਦੇ ਆ ਜਾਓ ਕਿਉਂ ਨਾਲ ਕਿਉਂ ਚਲੀ ਲੰਗਰ ਲੱਗ ਰਿਹਾ ਗੱਲ ਖਤਮ ਜਿਹੜਾ ਤੁਹਾਡਾ ਕੋਈ ਰੋਕਦਾ ਜੀ ਉਹਨੂੰ ਕਹਿ ਦੋ ਆ ਕੇ ਹਟਾਉਂਦਾ ਨਹੀਂ ਵੀ ਜਿੱਥੇ ਜਗ੍ਹਾ ਹੋਣੀ ਉੱਥੇ ਲਾ ਲਓ ਨਹੀਂ ਉੱਥੇ ਜਾਂਦਾ ਨਹੀਂ ਕੋਈ ਮਰੀਜ਼ ਮੈਂ ਸਾਨੂੰ ਆਉਂਦੇ ਰੋਜ਼ ਗੁੱਡੇ ਕਹਿਣ ਨਾਲ ਥੋੜੀ ਲੱਗੂਗਾ ਜੀ ਉੱਥੇ ਪੰਜ ਗੁੱਡੇ ਜਾਂ ਮੇਰੇ ਕਹਿਣ ਨਾਲ ਹੀ ਲੱਗਦਾ ਇਹ ਤਾਂ ਪਰਮਾਤਮਾ ਦੇ ਕਹਿਣ ਨਾਲ ਲੰਗਰ ਲੱਗ ਰਿਹਾ ਅਸੀਂ ਤਾਂ ਉਰੀ ਲਾਉਣੇ ਆ ਜੀ ਸਾਨੂੰ 3 ਸਾਲ ਹੋ ਗਏ ਤੇ ਉਰੀ ਲਾਵਾਂਗੇ ਸਰ ਗੱਲ ਖਤਮ ਜੇ ਤੁਹਾਡਾ ਕੋਈ ਪ੍ਰਸ਼ਾਸਨ ਜਿਹੜਾ ਰੋਕਦਾ ਉਹਨੂੰ ਕਹਿ ਦੋ ਜੀ ਆ ਕੇ ਰੋਕ ਲੈਣ ਗੱਲ ਦੇਖ ਲੈਣੀ ਜੀ ਕੋਈ ਗੱਲ ਦੇਖਣ ਵਾਲੇ ਦੇਖ ਲੰਗਰ ਵਾਲੀ ਗੱਲ ਕਰਦੇ ਨਹੀਂ ਲੜਨ ਫਿਰ ਹੁਣ ਤੁਸੀਂ ਲੰਗਰ ਹੈ ਤੁਸੀਂ ਮਰੀਜ਼ਾਂ ਨੂੰ ਬਣਾ ਦਿੰਦੇ ਹੋ ਤੁਸੀਂ ਮਰੀਜ਼ਾਂ ਨੂੰ ਰੋਕ ਰਹੇ ਸਰ ਇਹ ਕੁਝ ਨਹੀਂ ਕਰ ਰਹੇ ਅਸੀਂ ਬੇਨਤੀ ਕਰ ਰਹੇ ਸਰ ਗੱਲ ਖਤਮ ਜੀ ਬਸ ਫਿਰ ਉੱਥੇ ਲਾਉਣਾ ਇੱਥੇ ਲਾਵਾਂਗੇ ਉੱਥੇ ਨਹੀਂ ਲਾਉਂਦੇ